ਕਰਮਨਵੀਰ ਜੀ ਜਿਹੜੇ ਆ ਇਹਨਾਂ ਨੇ ਮੇਰਾ ਯਾਰ ਇੰਨਾ ਕੁ ਮੈਨੂੰ ਹੌਸਲਾ ਦਿੱਤਾ ਨਾ ਯਾਰ ਕਿ ਤੁਸੀਂ ਕਹਿੰਦੇ ਘਬਰਾਓ ਨਾ, ਕਿਸੇ ਚੀਜ਼ ਦੀ ਕਹਿੰਦੇ ਟੈਨਸ਼ਨ ਨਾ ਲਓ, ਕਬੂਤਰ ਜਿਹੜੇ ਬੈਨ ਨਹੀਂ ਹੋਣੇ ਹੈਗੇ। ਤੁਸੀਂ ਬਜਿਸ ਦੀ, ਆਪਾਂ ਲਵ ਬਰਡ ਦੀ ਗੱਲ ਕੀਤੀ, ਬਜਿਸ ਦੀ ਗੱਲ ਕੀਤੀ, ਕਹਿੰਦੇ ਵੀ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਹੈਗਾ। ਕਿਉਂਕਿ ਬਾਕੀ ਵੀਰੇ ਮੇਰਾ ਧਿਆਨ ਆ ਕਿ ਯਾਰ ਆਪਾਂ ਥੋੜ੍ਹੇ ਕਬੂਤਰ ਵਿੱਚੋਂ ਘਟਾ ਦਈਏ, ਕਿਉਂਕਿ ਮੇਰੇ ਕੋਲ ਕਾਫੀ ਕਬੂਤਰ ਹੋ ਗਏ ਆ ਅਤੇ ਮੇਰਾ ਤਾਂ ਵੀ ਦੋ ਚਾਰ ਜੋੜੇ ਅਤੇ ਵੱਧ ਵੀ ਸ਼ਾਇਦ ਆਪਾਂ ਦੇ ਦਈਏ। ਬਾਰਿਸ਼ ਨੇ ਕੀਤਾ ਯਾਰ ਬਹੁਤ ਹੀ ਬੁਰਾ ਹਾਲ, ਕਿਉਂਕਿ ਸਾਡਾ ਇਹੀ ਟਾਈਮ ਸੀ ਕਬੂਤਰ ਕੱਢਣ ਦਾ ਅਤੇ ਕਬੂਤਰਾਂ ਨੂੰ ਕੱਢਣਾ ਪਿਆ ਜੀ ਸਾਨੂੰ ਬਾਰਿਸ਼ ਚੱਲਦੀ ਦੇ ਵਿੱਚ। ਸਤਿ ਸ਼੍ਰੀ ਅਕਾਲ ਵੀਰਾਂ ਨੂੰ, ਸਾਰਿਆਂ ਨੂੰ ਕਿਵੇਂ ਹੋ, ਸਾਰੇ ਠੀਕ ਹੋ? ਸਵਾਸ ਕਰਦੇ ਸਾਰੇ ਵਧੀਆ ਹੋਗੇ, ਬਿਲਕੁਲ ਠੀਕ ਹੋਗੇ। ਅਤੇ ਕਬੂਤਰ ਤੁਸੀਂ ਦੇਖਿਆ ਕਿ ਬਾਰਿਸ਼ ਵਿੱਚ ਸਾਨੂੰ ਅੱਜ ਕੱਢਣੇ ਪਏ ਆ, ਕਿਉਂਕਿ ਬਾਰਿਸ਼ ਅੱਜ ਰੁਕੀ ਨਹੀਂ ਹੈਗੀ। ਸ਼ਾਮ ਦਾ ਟਾਈਮ ਆ, ਉਹੀ ਸਾਡਾ ਟਾਈਮ ਸੀ ਕਬੂਤਰ ਕੱਢਣ ਦਾ, ਅਤੇ ਉਸੇ ਟਾਈਮ ਵਿੱਚ ਆ ਗਈ ਜੀ ਬਾਰਿਸ਼ ਅਤੇ ਆਪਾਂ ਫਿਰ ਅੱਜ ਹੋ ਗਏ ਥੋੜ੍ਹੇ ਲੇਟ, ਅਤੇ ਇਸ ਚੱਕਰ 'ਚ ਬਾਰਿਸ਼ ਵਿੱਚ ਸਾਨੂੰ ਕਬੂਤਰ ਕੱਢਣੇ ਪਏ। ਅਤੇ ਬਾਈ ਜੀ ਇੱਧਰ ਸਾਡੀਆਂ ਮੁਰਗੀਆਂ ਆਪਾਂ ਪਹਿਲਾਂ ਹੀ ਕੱਢੀਆਂ ਸੀ ਅਤੇ ਹੁਣ ਇਹਨਾਂ ਨੂੰ ਆਪਾਂ ਕਰ ਦਿੱਤਾ ਜੀ ਬੰਦ। ਅਤੇ ਇੱਧਰ ਸਾਡੇ ਬਜਿਸ, ਅਤੇ ਬਜਿਸ ਦਾ ਤੁਹਾਨੂੰ ਸ਼ੋਅ ਕਰਾਵਾਂਗੇ ਜੀ ਅੰਦਰ ਜਾ ਕੇ। ਇੱਧਰ ਸਾਡੇ ਲਵ ਬਰਡ ਦਾ ਜੋੜਾ ਵੀ ਤੁਸੀਂ ਕਰ ਸਕਦੇ ਹੋ ਜੀ ਸ਼ੌਕ, ਅਤੇ ਬੈਠਾ ਹੋਇਆ ਇੱਕ ਮੰਨੇ ਪੇਅਰ। ਹਾਂ ਵੀ ਮਿੱਤਰੋ ਇੱਧਰ ਆਓ, ਲਓ ਜੀ ਕਰੋ ਮਿੱਤਰੋ ਸ਼ੌਕ ਸਾਡੇ ਲਵ ਬਰਡ ਦਾ, ਅਤੇ ਨਾਲ ਹੀ ਤੁਹਾਨੂੰ ਕਰਾਵਾਂਗੇ ਇੱਧਰ ਬਜਿਸ ਦਾ ਸ਼ੌਕ। ਅਤੇ ਚੱਲਦੇ ਹਾਂ ਜੀ ਮਾਸਟਰ ਕੇਅਰ ਦੇ ਅੰਦਰ। ਲਓ ਜੀ ਆ ਗਏ ਆਪਾਂ ਅੰਦਰ, ਅਤੇ ਇੱਥੇ ਸਾਡੀਆਂ ਬਜਿਸ ਬੈਠੀਆਂ ਹੋਈਆਂ ਨੇ ਸਾਰੀਆਂ। ਹਾਂ ਵੀ ਤੈਨੂੰ ਕੀ ਗੱਲ ਆ ਬਾਈ, ਬੜੀ ਢਿੱਲੀ ਜਿਹੀ ਬੈਠੀ ਆ। ਅੱਛਾ ਉਹਦਾ ਪੈਰ ਨਹੀਂ ਆ ਰਿਹਾ ਹੈਗਾ ਇਸ ਚੱਕਰ 'ਚ, ਉਹ ਸਾਈਡ 'ਤੇ ਬੈਠੀ ਸੀ ਅਤੇ ਦਿੱਤੇ ਲੱਗਦਾ ਮੈਨੂੰ। ਹਾਂ ਬਾਈ ਤਿੰਨ ਅੰਡੇ, ਲਓ ਜੀ ਮਿੱਤਰੋ ਤਿੰਨ ਅੰਡੇ ਵਿੱਚ ਦਿੱਤੇ ਆ। ਸੋ ਦੋ ਅੰਡਿਆਂ ਤੋਂ ਇੱਕ, ਅੰਡੇ ਤੋਂ ਦੋ, ਅਤੇ ਦੋਵਾਂ ਤੋਂ ਤਿੰਨ, ਅਤੇ ਬਾਕੀ ਆ ਸਾਰਿਆਂ ਦਾ ਸਿਸਟਮ ਹੋ ਗਿਆ ਖਰਾਬ, ਕਿਉਂਕਿ ਬਜਿਸ ਦੀ ਹੋ ਗਈ ਆਪਣੀ ਫਾਈਟ, ਫਾਈਟ ਦੇ ਚੱਕਰ 'ਚ ਸਾਰਾ ਕੁਝ ਅੰਡੇ ਖਤਮ। ਅਤੇ ਚਲੋ ਕੋਈ ਨਾ, ਫਿਰ ਸੈਟਿੰਗ ਹੋਏਗੀ ਇਹਨਾਂ ਦੀ ਅਤੇ ਫਿਰ ਦੋ ਤੋਂ ਇਹ ਅੰਡੇ ਦੇਣਗੀਆਂ ਅਤੇ ਸਿਸਟਮ ਸਾਰਾ ਵਧੀਆ ਆਉਣਾ ਵਾ। ਸੋ ਇੱਥੇ ਵੀ ਇਹਨਾਂ ਨੂੰ ਫੀਡ ਆਪਾਂ ਦੇਣੀ ਹਲੇ, ਅਤੇ ਥੋੜ੍ਹਾ ਜਿਹਾ ਰੁਕ ਕੇ ਆਪਾਂ ਫੀਡ ਦਿੰਦੇ ਹਾਂ, ਠੀਕ ਆ ਜੀ? ਅਤੇ ਬਾਕੀ ਅੰਦਰ ਦੀ ਗੱਲ ਕਰੀਏ ਤਾਂ ਅੰਦਰ ਥੋੜ੍ਹਾ ਬਹੁਤਾ ਪਾਣੀ ਆਇਆ ਵਾ, ਲੇਕਿਨ ਫਿਰ ਵੀ ਠੀਕ ਆ। ਚੱਲਦੇ ਹਾਂ ਜੀ ਬਾਹਰ। ਲਓ ਬਾਈ ਆਪਾਂ ਇੱਦਾਂ ਕਰਦੇ ਹਾਂ ਕਿ ਚੱਕ ਦਿੰਦੇ ਹਾਂ ਤਰਪਾਲ ਉੱਪਰ, ਅਤੇ ਤੁਹਾਨੂੰ ਮੁਰਗੀਆਂ ਦਾ ਵੀ ਕਰਾਉਂਦੇ ਹਾਂ ਸ਼ੌਕ। ਲਓ ਬਾਈ ਜੀ ਕਰੋ ਜੀ ਸ਼ੌਕ ਸਾਡੀ ਸੇਵਾ ਵਾਲੀ ਮੁਰਗੀ, ਅਤੇ ਆਪਾਂ ਚੰਗਾ ਹੋਇਆ ਉੱਪਰ ਕਰਕੇ ਰੱਖ ਦਿੱਤਾ ਵਾ। ਥੱਲੇ ਦੇਖੋ ਬਾਰਿਸ਼ ਦਾ ਪਾਣੀ ਆ ਰਿਹਾ ਵਾ, ਅਤੇ ਮੁਰਗੀ ਸਾਡੀ ਬੈਠੀ ਹੋਈ ਸੇਵਾ 'ਤੇ, ਅਤੇ ਆਪਾਂ ਨੂੰ ਜ਼ਿਆਦਾ ਤੰਗ ਨਾ ਹੀ ਕਰੀਏ ਕਿਉਂਕਿ ਇਹ ਜ਼ਿਆਦਾ ਹੀ ਚੀਕਦੀ ਆ ਕੁਝ, ਅਤੇ ਆਪਾਂ ਇਧਰਲੀ ਸਾਈਡ 'ਤੇ ਤੁਹਾਨੂੰ ਸ਼ੌਕ ਕਰਾਉਂਦੇ ਹਾਂ। ਆਹ ਦੇਖੋ ਜੀ ਸਾਡੀ ਦੂਸਰੀ ਮੁਰਗੀ ਜਿਹੜੀ ਸੇਵਾ ਵਾਲੀ, ਬਿਲਕੁਲ ਸ਼ਾਂਤਮਈ ਅਤੇ ਬੜੇ ਆਨੰਦ ਨਾਲ ਬੈਠੀ ਹੋਈ ਆ ਆਂਡਿਆਂ ਦੇ ਉੱਤੇ। ਪਰ ਇੱਕ ਗੱਲ ਦੀ ਜਿਹੜਾ ਸਾਡੇ ਕੋਲ ਹੋਈ ਆ ਉਹ ਬਹੁਤ ਹੀ ਵੱਡੀ ਹੋਈ ਆ, ਉਹ ਗਲਤੀ ਜਿਹੜੀ ਹੋਈ ਆ ਉਹ ਇਹ ਆ ਕਿ ਯਾਰ ਆਪਾਂ ਜਿਹੜੇ ਆਂਡੇ ਪਾਏ ਨਾ ਬਹੁਤ ਥੋੜ੍ਹੇ ਪਾਏ ਯਾਰ। ਇੱਕ ਮੁਰਗੀ ਦੇ ਥੱਲੇ ਆਪਾਂ ਪਾਏ ਆ ਜੀ 12 ਆਂਡੇ, ਅਤੇ ਦੂਸਰੀ ਦੇ ਥੱਲੇ 8-10 ਆਂਡੇ, ਅਤੇ ਮੇਰੇ ਹਿਸਾਬ ਨਾਲ 20 ਆਂਡੇ ਇੱਕ ਮੁਰਗੀ ਦੇ ਥੱਲੇ ਪੈ ਜਾਂਦੇ ਆ। ਅਤੇ ਚਲੋ ਕੋਈ ਨਾ, ਹੁਣ ਅਗਲੀ ਵਾਰ ਦੇਖਾਂਗੇ ਜਦੋਂ ਅਗਲੀ ਵਾਰ ਆਂਡੇ ਪਾਵਾਂਗੇ ਫਿਰ ਪੂਰੇ ਆਪਾਂ 20-20 ਆਂਡੇ ਦੋਨਾਂ ਥੱਲੇ ਪਾਵਾਂਗੇ, ਠੀਕ ਹੈ? ਕਿਉਂਕਿ ਸਾਡੇ ਕੋਲ ਆਂਡੇ ਦਾ ਜਗਾੜ ਨਹੀਂ ਬਣਿਆ, ਸਾਨੂੰ ਆਂਡੇ ਵੀ ਬਾਹਰੋਂ ਲੈਣੇ ਪਏ ਆ, ਅਤੇ ਇਹ ਚੱਕਰ 'ਤੇ ਆਪਾਂ ਆਂਡੇ ਜਿਹੜੇ ਆ ਥੋੜ੍ਹੇ ਪਾਏ ਆ। ਅਤੇ ਇੱਧਰ ਸਾਡੀਆਂ ਥੱਲੇ ਵੀ ਤੁਸੀਂ ਸ਼ੌਕ ਕਰ ਸਕਦੇ ਹੋ ਮੁਰਗੀਆਂ,
ਇਹ ਵੀ ਖੋਲੀਆਂ ਸੀ ਲੇਕਿਨ ਸਾਰੀਆਂ ਹੁਣ ਬੰਦ ਆ ਅਤੇ ਬੱਤਖ ਦਾ ਪਹਿਲੇ ਨਾਲੋਂ ਹਾਲਾਤ ਜਿਹੜੇ ਚੰਗੇ ਆ ਔਰ ਇਹ ਮੁਰਗੀ ਆ ਆਹ ਦੇਖੋ ਉਹ ਇਹ ਬੰਦ ਕਰਦੇ ਲੱਗੇ ਬਈ ਆਹ ਲੈ ਬੰਦ ਕਰ ਦਿੱਤਾ ਬਈ ਬੰਦ ਆਹ ਲਓ ਜੀ ਯਾਰ ਇਹ ਨਾ ਬਹੁਤ ਜ਼ਿਆਦਾ ਰੌਲਾ ਪਾਉਂਦੀ ਆ ਅਤੇ ਇਹਦੇ 'ਤੇ ਕਬੂਤਰਾਂ ਦਾ ਸ਼ੌਕ ਕਰੋ ਜੀ ਵੈਸੇ ਮੇਰਾ ਧਿਆਨ ਇਹ ਕਿ ਅੱਜ ਆਪਾਂ ਸਵੇਰੇ ਕਬੂਤਰ ਉਡਾਉਂਦੇ ਅਤੇ ਪਰ ਨਹੀਂ ਸਾਡੇ ਕੋਲ ਟਾਈਮ ਨਹੀਂ ਮਿਲਿਆ ਅਤੇ ਕਬੂਤਰ ਆਪਾਂ ਨਹੀਂ ਉਡਾ ਸਕੇ ਹੈਗੇ ਅਤੇ ਕੋਈ ਨਾ ਕਿਸੇ ਦਿਨ ਆਪਾਂ ਸਪੈਸ਼ਲ ਦਿਨ ਬਣਾਉਂਦੇ ਹਾਂ ਅਤੇ ਉਸ ਦਿਨ ਆਪਾਂ ਇਕੱਲੇ ਕਬੂਤਰਾਂ ਦੀ ਵੀਡੀਓ ਬਣਾਵਾਂਗੇ ਨਾਲੇ ਕਬੂਤਰ ਉਡਾਵਾਂਗੇ ਅਤੇ ਨਾਲੇ ਤੁਹਾਨੂੰ ਵਿਖਾਵਾਂਗੇ ਠੀਕ ਹੈ ਬਾਈ ਜੀ ਆਹ ਇੱਧਰ ਸਾਡੇ ਰੈਬਿਟ ਵੀ ਦਾਣਾ ਪਾਣੀ ਦਾ ਆਨੰਦ ਲੈ ਰਹੇ ਆ ਕਬੂਤਰਾਂ ਦੇ ਨਾਲ ਹੀ ਅਤੇ ਮੌਸਮ ਬਹੁਤ ਹੀ ਵਧੀਆ ਹੋਇਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬੰਨੇ ਬੱਦਲ ਹੀ ਬੱਦਲ ਆ ਅਤੇ ਥੋੜ੍ਹੇ ਬਹੁਤੇ ਬੱਦਲ ਚੱਕੇ ਵੀ ਗਏ ਆ ਬਾਰਿਸ਼ ਦੀਆਂ ਕਣੀਆਂ ਮਿਣੀਆਂ ਥੋੜ੍ਹੀਆਂ ਬਹੁਤੀਆਂ ਰਹਿ ਗਈਆਂ ਵਾ ਅਤੇ ਬਾਕੀ ਮਾਹੌਲ ਬਹੁਤ ਵਧੀਆ ਬਣਿਆ ਵਾ ਅਤੇ ਅੱਜ ਦੇਖੋ ਗੋਲਾ ਕਬੂਤਰ ਵੀ ਇੱਕ ਦਾਣੇ ਖਾਣ ਆਇਆ ਵਾ ਕਾਫੀ ਦਿਨਾਂ ਤੋਂ ਬਾਅਦ ਕਿਉਂਕਿ ਅੱਜ ਹੀ ਬਾਰਿਸ਼ ਦਾ ਦਿਨ ਅਤੇ ਹੋ ਸਕਦਾ ਇਹਨਾਂ ਨੂੰ ਦਾਣਾ ਪਾਣੀ ਨਹੀਂ ਮਿਲਿਆ ਕਿਤੋਂ ਅਤੇ ਤਾਂ ਸਾਡੇ ਕਬੂਤਰ ਕੋਠੇ ਦੇ ਦਾਣੇ ਖਾਣ ਆਇਆ ਉਹ ਯਾਰ ਦੇਖੋ ਇੱਕ ਤਾਂ ਦਾਣੇ ਖਾਣ ਆਇਆ ਵਾ ਦੂਜਾ ਸਾਡੇ ਕਬੂਤਰਾਂ ਨੂੰ ਹੀ ਮਾਰ ਰਿਹਾ ਵਾ ਅੱਗੇ ਕਿਆ ਬਾਤ ਆ ਯਾਰ ਅਤੇ ਬਾਈ ਜੀ ਜਿਹੜੀ ਤੁਸੀਂ ਪਿਛਲੀ ਵੀਡੀਓ ਦੇਖੀ ਆ ਉਹ 'ਚ ਤੁਸੀਂ ਦੇਖਿਆ ਕਿ ਆਪਾਂ ਜਿਹੜਾ ਦੱਸਿਆ ਕਿ ਜਿਹੜੇ ਕਬੂਤਰ ਬੈਨ ਹੋਏ ਆ ਅਤੇ ਹੁਣ ਮੰਨਣ 'ਚ ਆਈ ਨਾ ਗੱਲ ਕਿ ਕਿਤੇ ਨਾ ਕਿਤੇ ਕਬੂਤਰ ਬੈਨ ਆ ਅਤੇ ਬਾਕੀ ਫਿਲਹਾਲ ਤਾਂ ਆਪਣੇ ਏਰੀਏ 'ਚ ਬਿਲਕੁਲ ਠੀਕ ਆ ਮੈਨੂੰ ਲੱਗਦਾ ਨਹੀਂ ਕਿ ਆਪਣੇ ਜਿੱਦਾਂ ਜ਼ਿਲ੍ਹਿਆਂ ਵਿੱਚ ਕੁਝ ਇਹੋ ਜਿਹੀ ਗੜਬੜ ਹੋਏਗੀ ਕਿਉਂਕਿ ਆਪਣੇ ਜ਼ਿਲ੍ਹਿਆਂ ਵਿੱਚ ਕੋਈ ਜ਼ਿਆਦਾ ਬਾਜੀ ਲੱਗਦੀ ਨਹੀਂ ਹੈਗੀ ਅਤੇ ਜੇਕਰ ਆਪਾਂ ਜਿਹੜੇ ਜ਼ਿਲ੍ਹਿਆਂ ਵਿੱਚ ਬੰਦ ਹੋਏ ਆ ਉੱਥੇ ਦੇਖੇ ਯਾਰ ਬਹੁਤ ਜ਼ਿਆਦਾ ਲੋਕ ਬਾਜੀਆਂ ਲਾਉਂਦੇ ਸੀ ਅਤੇ ਮੇਰੇ ਹਿਸਾਬ ਨਾਲ ਕਬੂਤਰ ਜਿਹੜੇ ਜੰਗਲਾਤ ਮਹਿਕਮਾ ਜਿਹੜਾ ਜੰਗਲੀ ਮਹਿਕਮਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਕਬੂਤਰ ਕਿਤੇ ਨਾ ਕਿਤੇ ਜਾ ਕੇ ਮਰਦਾ ਵਾ ਕੋਈ ਜਦੋਂ ਦਵਾਈ ਦਵੂਈ ਦੇ ਕੇ ਲਾਉਂਦੇ ਆ ਅਤੇ ਉਹ ਚੱਕਰ 'ਚੋਂ ਕਬੂਤਰ ਸਾਰੇ ਉਹਨਾਂ ਨੇ ਬੈਨ ਕੀਤੇ ਆ ਅਤੇ ਵੀਰੇ ਆਪਣੇ ਤਾਂ ਇੱਧਰ ਕੋਈ ਇਹੋ ਜਿਹਾ ਚੱਕਰ ਹੈ ਨਹੀਂ ਆਉਂਦੇ ਆ ਆਪਣੇ ਬਾਜੀ ਬਹੁਤ ਘੱਟ ਲਾਉਂਦੇ ਆ ਠੀਕ ਹੈ ਨਾ ਸੋ ਇਸ ਕਰਕੇ ਆਪਣਾ ਏਰੀਆ ਬਹੁਤ ਵਧੀਆ ਵਾ ਅਤੇ ਨਾ ਹੀ ਗਲਤ ਕੰਮ ਕਰਦੇ ਹਾਂ ਠੀਕ ਹੈ ਨਾ ਅਤੇ ਬਾਬੇ ਦੀ ਕਿਰਪਾ ਨਾਲ ਬਿਲਕੁਲ ਠੀਕ ਆ ਸੋ ਸਹੀ ਚੱਲਦਾ ਪਿਆ ਵਾ ਅਤੇ ਇਹੀ ਅਰਦਾਸ ਕਰਦੇ ਹਾਂ ਕਿ ਮਾਲਕ ਸਾਰਿਆਂ ਦਾ ਸਿਸਟਮ ਵਧੀਆ ਚੱਲੇ ਅਤੇ ਸਾਰੇ ਜਿਹੜੇ ਕਬੂਤਰਬਾਜ਼ ਆ ਵੀਰ ਮੇਰੇ ਅਤੇ ਉਹ ਬਿਲਕੁਲ ਮਰਿਆਦਾ ਵਿੱਚ ਰਹਿ ਕੇ ਕਬੂਤਰ ਰੱਖਣ ਬਾਕੀ ਵੀਰੇ ਮੇਰਾ ਧਿਆਨ ਆ ਕਿ ਯਾਰ ਆਪਾਂ ਥੋੜ੍ਹੇ ਕਬੂਤਰ ਵਿੱਚੋਂ ਘਟਾ ਦਈਏ ਕਿਉਂਕਿ ਮੇਰੇ ਕੋਲ ਕਾਫੀ ਕਬੂਤਰ ਹੋ ਗਏ ਆ ਅਤੇ ਮੇਰਾ ਤਾਂ ਵੀ ਦੋ ਚਾਰ ਜੋੜੇ ਅਤੇ ਵੱਧ ਵੀ ਸ਼ਾਇਦ ਆਪਾਂ ਦੇ ਦਈਏ ਤਾਂ ਕਿ ਥੋੜ੍ਹੇ ਕਬੂਤਰ ਸਾਡੇ ਕੋਲ ਘੱਟ ਜਾਣਗੇ ਅਤੇ ਥੋੜ੍ਹੇ ਸਾਂਭਣੇ ਵੀ ਸੌਖੇ ਹੋ ਜਾਂਦੇ ਆ ਹੈ ਨਾ ਅਤੇ ਇਹ ਚੱਕਰ 'ਚ ਮੈਂ ਥੋੜ੍ਹੇ ਕਬੂਤਰ ਘਟਾ ਰਿਹਾ ਵਾਂ ਅਤੇ ਕੋਈ ਨਾ ਦੇਖਦੇ ਹਾਂ ਆਪਾਂ ਕਿਸੇ ਦਿਨ ਦੋ ਚਾਰ ਜੋੜੇ ਵਿੱਚੋਂ ਕੱਢ ਕੇ ਅਤੇ ਦੇ ਦੇਣੇ ਹੈਗੇ ਆ ਆਹ ਮੌਸਮ ਵਿੱਚ ਯਾਰ ਮਾਸਾ ਜਿੰਨਾ ਮਜ਼ਾ ਨਹੀਂ ਆਉਂਦਾ ਕਬੂਤਰਾਂ ਨੂੰ ਦਾਣੇ ਦੂਣੇ ਪਾਉਣ ਦਾ ਕਿਉਂਕਿ ਸਾਰਾ ਯਾਰ ਸਿਸਟਮ ਇੱਦਾਂ ਦਾ ਹੁੰਦਾ ਕਿ ਸਾਰੇ ਬੰਨੇ ਪਾਣੀ 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 ਹੋਇਆ ਪਿਆ ਵਾ ਅਤੇ ਆਹ ਤੁਸੀਂ ਦੇਖ ਹੀ ਸਕਦੇ ਹੋ ਕਿ ਕਬੂਤਰ ਵਿਚਾਰੇ ਕੀ ਕਰਨ ਕਿੱਲੇ ਵਿੱਚ ਹੈ ਨਾ ਅਤੇ ਬਾਰਿਸ਼ਾਂ ਨਾ ਹੋਣ ਅਤੇ ਠੰਡਾ ਹੋ ਜਾਵੇ ਉੱਦਾਂ ਹੀ ਮੌਸਮ ਅਤੇ ਬਹੁਤ ਵਧੀਆ ਰਹਿੰਦਾ ਵਾ ਬਾਕੀ ਹੁਣ ਮੌਸਮ ਵੀ ਥੋੜ੍ਹਾ ਥੋੜ੍ਹਾ ਚੇਂਜ ਹੋ ਰਿਹਾ ਵਾ ਅਤੇ ਹੌਲੀ ਹੌਲੀ ਕਰਕੇ ਸਾਰਾ ਸਿਸਟਮ ਹੀ ਵਧੀਆ ਆਉਣਾ ਵਾ ਅਤੇ ਫਿਰ ਠੰਡ ਹੋ ਜਾਣੀ ਆ ਜੇ ਠੰਡ ਹੋ ਗਈ ਤਾਂ ਫਿਰ ਤੁਸੀਂ ਕਬੂਤਰਾਂ ਦਾ ਉਡਾਉਣ ਵਾਲਾ ਸ਼ੌਂਕ ਵੀ ਖਤਮ ਹੋ ਜਾਣਾ ਵਾ ਠੀਕ ਹੈ ਨਾ ਅਤੇ ਚਲੋ ਇਹ ਤਾਂ ਮਾਲਕ ਦੀ ਰਜ਼ਾ ਵਿੱਚ ਤਾਂ ਰਹਿਣਾ ਪੈਣਾ ਹੈ ਨਾ ਬਾਕੀ ਜਿੱਦਾਂ ਵੀ ਸਿਸਟਮ ਆ ਬਹੁਤ ਵਧੀਆ ਵਾ ਅਤੇ ਵਧੀਆ ਰਹਿਣਾ ਚਾਹੀਦਾ ਵਾ ਜਿਹੜੇ ਕਮੈਂਟ ਕੀਤੇ ਬੜੇ ਹੀ ਵਧੀਆ ਵਧੀਆ ਕਮੈਂਟ ਕੀਤੇ ਆ ਅਤੇ ਸਾਰਿਆਂ ਦੇ ਕਮੈਂਟ ਆਪਾਂ ਪੜ੍ਹਦੇ ਹਾਂ ਜੀ ਜਿਹੜਾ ਕਿ ਪਹਿਲਾ ਕਮੈਂਟ ਕੀਤਾ ਸੀ ਉਹ ਕੀਤਾ ਜੀ ਦਵਿੰਦਰ ਬਾਈ ਸੋ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਥੈਂਕ ਯੂ ਹੋਰ ਵੀਰੇ ਕੀ ਹਾਲ ਜੇ ਠੀਕ ਠਾਕ ਹੋ
ਅਗਲਾ ਜੋ ਕਮੈਂਟ ਕੀਤਾ ਜੀ ਸਿਮਰਨ ਵੀਰ ਜੀ ਨੇ, ਅਤੇ ਉਹ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ? ਅਤੇ ਬਹੁਤ ਬਹੁਤ ਸ਼ੁਕਰੀਆ ਕਮੈਂਟ ਕਰਨ ਵਾਸਤੇ। ਅਗਲਾ ਕਮੈਂਟ ਕੀਤਾ ਜੀ ਮੰਗਾ ਸ਼ਾਮ ਜੀ ਨੇ, ਸੋ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਹੋਰ ਵੀਰੇ ਕੀ ਹਾਲ ਜੀ, ਠੀਕ ਠਾਕ ਹੋ? ਬਾਕੀ ਆਪਣੇ ਪਿੰਡ ਸ਼ਹਿਰ ਦਾ ਜ਼ਿਲ੍ਹੇ ਮੱਕੀ ਜੋ ਵੀ ਆਪਣਾ ਨੂੰ ਜ਼ਰੂਰ ਲਿਖ ਕੇ ਦਿਆ ਕਰੋ, ਤਾਂ ਕਿ ਆਪਾਂ ਕਮੈਂਟਾਂ 'ਚ ਤੁਹਾਡਾ ਨਾਮ ਸ਼ਹਿਰ ਦਾ ਜ਼ਰੂਰ ਲਿਆ ਕਰੀਏ, ਠੀਕ ਆ ਜੀ। ਅਗਲਾ ਕਮੈਂਟ ਕੀਤਾ ਜੀ ਸਤਪਾਲ ਜੀ ਨੇ, ਸਤਪਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਰਣਜੀਤ ਸਿੰਘ ਜੀ ਅੰਮ੍ਰਿਤਸਰ ਤੋਂ, ਹੋਰ ਵੀਰੇ ਕਿਵੇਂ ਹੋ, ਠੀਕ ਠਾਕ ਹੋ? ਕਮੈਂਟ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਜੀ। ਸਟਾਰ ਸਟੂਡੀਓ ਟਾਂਡਾ ਉੜਮੜ, ਸੋ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ, ਹੋਰ ਕਿਵੇਂ ਹੋ, ਠੀਕ ਠਾਕ ਹੋ? ਮੈਂ ਦੇਖਿਆ ਤੁਸੀਂ ਆਪਣੇ ਤੁਹਾਡੀ ਫੇਸਬੁੱਕ 'ਤੇ ਆਈਡੀ ਦੇਖੀ ਸੀ, ਤਾਂ ਤੁਹਾਡਾ ਨਾਮ ਹੀ ਮੋਨੂ ਪੈਂਦਾ ਨਾ ਪਿੱਛੇ, ਅਤੇ ਮੇਰਾ ਨਾਮ ਹੀ ਮੋਨੂ ਆ, ਆਪਾਂ ਦੋਵੇਂ ਸਰਨਾਮ ਹੀ ਆ। ਇੱਕ ਸਿਮਰਨ ਮੀਰਾ ਵਾ, ਉਹ ਵੀ ਮੇਰਾ ਸਰਨਾਮ ਹੀ ਆ, ਕਿਉਂਕਿ ਮੇਰਾ ਨਾਮ ਹਰਸਿਮਰਨ ਸਿੰਘ ਆ ਅਤੇ ਜਿਹੜਾ ਨਿੱਕਨੇਮ ਆ ਮੋਨੂ ਆ। ਅਤੇ ਵਧੀਆ ਲੱਗਾ ਵੀਰੇ ਤੁਹਾਡਾ, ਮੈਂ ਫੇਸਬੁੱਕ 'ਤੇ ਆਈਡੀ ਦੇਖੀ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਜੀ। ਅਗਲਾ ਜੋ ਕਮੈਂਟ ਕੀਤਾ ਜੀ ਗੁਰਤੇਜ ਰੰਧਾਵਾ ਜੀ ਨੇ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ ਜੀ। ਤਾਂ ਲਓ ਜੀ, ਅੱਜ ਦਾ ਜੋ ਲਾਸਟ ਕਮੈਂਟ ਆ ਉਹ ਹੈਗਾ ਜੀ ਸਾਡੇ ਕਰਮਨਵੀਰ ਸਿੰਘ ਜੀ। ਸੋ ਕਰਮਨਵੀਰ ਜੀ ਜਿਹੜੇ ਆ, ਇਹਨਾਂ ਨੇ ਮੇਰਾ ਯਾਰ ਇੰਨਾ ਕੁ ਮੈਨੂੰ ਹੌਸਲਾ ਦਿੱਤਾ ਨਾ ਯਾਰ, ਕਿ ਤੁਸੀਂ ਕਹਿੰਦੇ ਘਬਰਾਓ ਨਾ, ਕਿਸੇ ਚੀਜ਼ ਦੀ ਕਹਿੰਦੇ ਟੈਨਸ਼ਨ ਨਾ ਲਓ, ਕਬੂਤਰ ਜਿਹੜੇ ਬੈਨ ਨਹੀਂ ਹੋਣੇ ਹੈਗੇ, ਜਿਹੜਾ ਕੰਮ ਹੋਣਾ ਸੀ ਉੱਥੇ ਹੋ ਗਿਆ ਵਾ। ਤੁਸੀਂ ਬਜਿਸ ਦੀ, ਆਪਾਂ ਲਵ ਬਰਡ ਦੀ ਗੱਲ ਕੀਤੀ, ਬਜਿਸ ਦੀ ਗੱਲ ਕੀਤੀ, ਕਹਿੰਦੇ ਵੀ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਹੈਗਾ, ਕਿਉਂਕਿ ਲਵ ਬਰਡ ਬਜਿਸ ਵਾ ਸਾਰੀ ਐਗਜ਼ੋਟਿਕ ਆ, ਸਾਰੀ ਬਰੀਡ ਬਾਹਰ ਦੀ ਆ, ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਹੈਗਾ। ਅਤੇ ਕਿਉਂਕਿ ਬਾਹਰ ਦੀ ਬਰੀਡ ਨੂੰ ਆਪਾਂ ਰੱਖ ਸਕਦੇ ਹਾਂ, ਜਿਵੇਂ ਇੰਡੀਅਨ ਬਰੀਡ ਉਹਨੂੰ ਆਪਾਂ ਕੈਦ ਨਹੀਂ ਕਰ ਸਕਦੇ ਹੈਗੇ। ਅਤੇ ਇਸ ਕਰਕੇ ਵੀਰ ਨੇ ਮੈਨੂੰ ਮਤਲਬ ਕਿ ਕਾਫੀ ਹੌਸਲਾ ਦਿੱਤਾ, ਬਾਕੀ ਵੀਰ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਵਾਂ ਕਿ ਸਾਨੂੰ ਇੰਨਾ ਇੰਨਾ ਮਤਲਬ ਕਿ ਸਾਡੇ ਆ ਮਤਲਬ ਕਿ ਸੁਝਾਅ ਦੇ ਰਹੇ ਆ, ਅਤੇ ਇਹੋ ਜਿਹੀਆਂ ਗੱਲਾਂ ਕਰਕੇ ਸਾਡਾ ਯਾਰ ਉੱਦਾਂ ਹੀ ਦਿਲ ਮਤਲਬ ਕਿ ਜਿੱਤ ਲੈਂਦੇ ਆ, ਹੌਸਲਾ ਹੋ ਜਾਂਦਾ ਵੱਧ ਜਾਂਦਾ ਯਾਰ ਬੰਦੇ ਦਾ, ਕਿ ਕੋਈ ਚੱਕਰ ਨਹੀਂ ਆਪਾਂ ਕਬੂਤਰ ਰੱਖਾਂਗੇ, ਅਤੇ ਜੋ ਵੀ ਆਪਾਂ ਬਰਡ ਰੱਖੇ ਆ ਸਾਰਿਆਂ ਦਾ ਧਿਆਨ ਦੇਵਾਂਗੇ, ਆਪਾਂ ਸਾਰਿਆਂ ਮਤਲਬ ਕਿ ਦੇਵਾਂਗੇ ਨਹੀਂ ਕਿਤੇ ਵੀ, ਅਤੇ ਆਪਾਂ ਜੋ ਵੀ ਆ ਧਿਆਨ ਦੇਵਾਂਗੇ, ਅਤੇ ਵੀਡੀਓ ਵੀ ਡੇਲੀ ਬਣਾਇਆ ਕਰਾਂਗੇ, ਅਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਸਾਡੀ ਵੀਡੀਓ ਪਸੰਦ ਆਇਆ ਕਰਨਗੀਆਂ, ਠੀਕ ਹੈ ਜੀ। ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਠੀਕ ਹੈ ਜੀ। ਬਾਕੀ ਤੁਸੀਂ ਕਿਹਾ ਵਾ ਅਤੇ ਆਪਾਂ ਕੋਈ ਚੱਕਰ ਨਹੀਂ, ਮਟਕੀਆਂ ਵੀ ਹੋਰ ਲਗਾ ਦਿੰਦੇ ਹਾਂ, ਅਤੇ ਜੋ ਵੀ ਤੁਸੀਂ ਦੱਸਿਆ ਵਾ, ਠੀਕ ਹੈ ਜੀ। ਅਤੇ ਕਰਮਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਸੋ ਇਹ ਸੀ ਜੀ ਅੱਜ ਦੇ ਸਾਡੇ ਜੋ ਕਮੈਂਟ ਸੀ, ਸੋ ਸਾਰੇ ਆਪਾਂ ਪੜ੍ਹੇ ਆ, ਸੋ ਸਾਰਿਆਂ ਦਾ ਆਪਾਂ ਦਿਲੋਂ ਸ਼ੁਕਰੀਆ ਕਰਦੇ ਹਾਂ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਧੰਨਵਾਦ ਜੀ, ਥੈਂਕ ਯੂ। ਅਤੇ ਆਪਾਂ ਹਾਂ ਬਜਿਸ ਨੂੰ ਵੀ ਦਾਣੇ ਦੂਣੇ ਪਾਉਣੇ ਹਲੇ, ਅੰਦਰ ਫੀਡ ਇਹਨਾਂ ਦੀ ਵੀ ਕਰਨੀ ਆ, ਸਾਡੇ ਰਹਿ ਗਏ ਗਿੰਨੀ ਪਿੱਗ, ਸੋ ਬਾਕੀ ਸਾਰਿਆਂ ਨੂੰ ਆਪਾਂ ਫੀਡ ਕਰਾ ਦਿੱਤੀ ਹੋਈ ਆ। ਸਾਡੇ ਰੈਬਿਟ ਆ, ਇਹਨਾਂ ਨੂੰ ਇਹਨਾਂ ਨੇ ਖਾ ਲਏ, ਲੇਕਿਨ ਆਪਾਂ ਫਿਰ ਵੀ ਇੱਕ ਵਾਰੀ ਖੁੱਡਿਆਂ 'ਚ ਇਹਨਾਂ ਦੇ ਰੱਖ ਦਾਂਗੇ ਦਾਣੇ, ਤਾਂ ਕਿ ਸਾਰੇ ਸਾਡੇ ਜੋ ਪੰਛੀ ਆ ਜਾਂ ਐਨੀਮਲ ਸਾਰੇ ਦਾਣੇ ਦੂਣੇ ਖਾ ਲੈਣ। ਚਲੋ ਵੀ ਚਲੋ ਚਲੋ ਚਲੋ, ਨਹਾਉਣਾ ਨਹੀਂ ਆਏ ਵਾਲੇ, ਧੁੱਪ ਨਹੀਂ ਲੱਗੀ ਹੈਗੀ। ਅਤੇ ਬਾਈ ਜੀ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਜੀ। ਸੋ ਇਹ ਸੀ ਜੀ ਅੱਜ ਸਾਡੀ ਵੀਡੀਓ, ਸੋ ਉਮੀਦ ਕਰਦੇ ਕਿ ਸਾਰਿਆਂ ਨੂੰ ਵਧੀਆ ਲੱਗੀ ਹੋਏਗੀ। ਜੋ ਵਧੀਆ ਲੱਗੀ ਯਾਰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਯਾਰ, ਤਾਂ ਕਿ ਸਾਰਿਆਂ ਤੱਕ ਸਾਡੀ ਵੀਡੀਓ ਪਹੁੰਚ ਸਕੇ। ਸੋ ਬਹੁਤ ਬਹੁਤ ਸ਼ੁਕਰੀਆ, ਫਿਰ ਮੈਂ ਕਹਿੰਦਾ ਕਿ ਸਾਰੇ ਸਬਸਕ੍ਰਾਈਬਰਾਂ ਦਾ ਜੋ ਸਾਨੂੰ ਇੰਨਾ ਪਿਆਰ ਦੇ ਰਹੇ ਆ। ਸੋ ਇਹ ਸੀ ਅੱਜ ਸਾਡੀ ਵੀਡੀਓ, ਅਤੇ ਆਪਾਂ ਇੱਥੇ ਐਂਡ ਕਰਦੇ ਹਾਂ ਜੀ। ਓਕੇ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।